संयुक्त किसान मोर्चा दी स्टेज ते बैठे मेरे सत्कारयोग किसान आगु ਅਤੇ ਮੇਰੇ ਸਨਮੁਖ ਬੈਠੀਆਂ ਮੇਰੀਆਂ ਮਾਤਾਵਾਂ ਸਾਡੇ ਬਜ਼ੁਰਗ ਨੌਜਵਾਨ ਵੀਰ ਅਤੇ ਸਾਡੀਆਂ ਭੈਣਾਂ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 5 ਮਹੀਨੇ ਤੋਂ ਚੱਲ ਰਿਹਾ ਇਹ ਕਿਸਾਨ ਅੰਦੋਲਨ ਆਪਣੇ ਆਪ ਦੇ ਵਿੱਚ ਇਤਿਹਾਸ ਦੇ ਵਿੱਚ ਇੱਕ ਮਿਸਾਲ ਬਣੇਗਾ ਕਿਉਂਕਿ ਭਾਰਤ ਵਰਸ਼ ਦੇ ਲੋਕਾਂ ਨੇ ਜਿੱਥੇ ਪਿਛਲੀਆਂ ਸਰਕਾਰਾਂ ਨੇ ਮਜ਼ਦੂਰ ਨੂੰ ਕਿਸਾਨ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਤੇ 2014 ਦੇ ਵਿੱਚ ਇੱਕ ਉਮੀਦ ਸਾਰਿਆਂ ਨੂੰ ਜਾਗੀ ਸੀ ਵੀ ਸ਼ਾਇਦ ਹੁਣ ਹਾਲਾਤ ਬਦਲਣਗੇ ਜਿਸ ਤਰੀਕੇ ਦੇ ਨਾਲ ਮੀਡੀਆ ਨੇ ਝੂਠ ਨੂੰ ਪ੍ਰਚਾਰਿਆ ਤੇ ਬਾਰ-ਬਾਰ ਪ੍ਰਚਾਰਿਆ ਗਿਆ ਤੇ ਲੋਕਾਂ ਨੂੰ ਲੱਗਣ ਲੱਗਾ ਸੀ ਵੀ ਸ਼ਾਇਦ ਅੱਛੇ ਦਿਨ ਆ ਜਾਣਗੇ ਲੇਕਿਨ ਉਹ ਅੱਛੇ ਦਿਨ ਬੜੀ ਛੇਤੀ ਹੀ ਸਾਰਿਆਂ ਦੇ ਸਾਹਮਣੇ ਆ ਗਏ ਜਿੱਥੇ ਨੋਟਬੰਦੀ ਕੀਤੀ ਗਈ ਜੀਐਸਟੀ ਵਰਗੀਆਂ ਟੈਕਸ ਦੀਆਂ ਕਾਨੂੰਨ ਬਣਾਏ ਗਏ ਉਹਦੇ ਨਾਲ-ਨਾਲ ਹੌਲੀ-ਹੌਲੀ ਜੋ ਸਾਡੀਆਂ ਸਰਕਾਰੀ ادارے ਸਣ ਸਰਕਾਰੀ ਕੰਪਨੀਆਂ ਸਣ ਉਹਨਾਂ ਨੂੰ ਵੀ ਵੇਚਣਾ ਸਰਕਾਰ ਨੇ ਸ਼ੁਰੂ ਕਰ ਦਿੱਤਾ ਸੋ ਹੁਣ ਤੱਕ ਮੈਂ ਸਮਝਦਾ ਹਾਂ ਵੀ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਵੀ ਇਹ ਜੋ ਹਕੂਮਤ ਚੱਲ ਰਹੀ ਹੈ ਵਰਤਮਾਨ ਦੇ ਵਿੱਚ ਇਹ ਤਾਨਾਸ਼ਾਹੀ ਦੀ ਹਕੂਮਤ ਹੈ ਤੇ ਇਸ ਤਾਨਾਸ਼ਾਹੀ ਦੀ ਹਕੂਮਤ ਨੇ ਇਹ ਜੋ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਹੈ ਕਿਸਾਨ ਜਿੱਤੇ ਸਭ ਤੋਂ ਮੋਹਰੀ ਹੋ ਕੇ ਇਹਨਾਂ ਦਾ ਵਿਰੋਧ ਕਰ ਰਿਹਾ ਹੈ ਉਸ ਦੇ ਨਾਲ ਨਾਲ ਇਹਨਾਂ ਤਿੰਨਾਂ ਕਾਨੂੰਨਾਂ ਦਾ ਜੋ ਸਭ ਤੋਂ ਮਾੜਾ ਅਸਰ ਹੈ ਉਹ ਆਮ ਇਨਸਾਨ ਦੇ ਉੱਤੇ ਪੈਣ ਵਾਲਾ ਹੈ ਇਹ ਗੱਲ ਤੁਸੀਂ ਭਲੀ ਭਾਂਤ ਜਾਣਦੇ ਹੋ ਵੀ ਜਿਹੜੀ ਚੀਜ਼ ਪੂੰਜੀਪਤੀ ਦੇ ਹੱਥ ਵਿੱਚ ਆ ਜਾਂਦੀ ਹੈ ਉਹ ਗਰੀਬ ਦੀ ਪਹੁੰਚ ਤੋਂ ਪਰੇ ਹੋ ਜਾਂਦੀ ਹੈ ਚਾਹੇ ਕੱਪੜੇ ਦੀ ਗੱਲ ਕਰੀਏ ਚਾਹੇ ਸਬਜ਼ੀ ਦੀ ਗੱਲ ਕਰੀਏ ਚਾਹੇ ਖਾਣ ਪੀਣ ਦੀਆਂ ਵਸਤੂਆਂ ਦੀ ਗੱਲ ਕਰੀਏ ਜਿਹੜੀ ਵੀ ਵਸਤੂ ਆਮ ਦੁਕਾਨ ਤੋਂ ਉੱਠ ਕੇ ਵੱਡੀਆਂ-ਵੱਡੀਆਂ ਮੌਲਾਂ ਵਿੱਚ ਪਹੁੰਚ ਜਾਂਦੀ ਹੈ ਜਿਹਦੇ ਉੱਤੇ ਪੂੰਜੀਪਤੀਆਂ ਦੀ ਮੋਹਰ ਲੱਗ ਜਾਂਦੀ ਹੈ ਉਹਦੀਆਂ ਕੀਮਤਾਂ ਅਸਮਾਨ ਛੂ ਜਾਂਦੀਆਂ ਨੇ ਇਹ ਅੱਜ ਅਸੀਂ ਆਮ ਹੀ ਦੇਖਦੇ ਹਾਂ ਅੱਜ ਵੀ ਸਾਡੇ ਸਮਾਜ ਦੇ ਵਿੱਚ ਇੱਕ ਚੀਜ਼ ਜਿਹੜੀ ਤੁਹਾਨੂੰ ਬਾਹਰ ਬਾਜ਼ਾਰ ਦੇ ਵਿੱਚੋਂ 10 ਰੁਪਏ ਦੀ ਮਿਲਦੀ ਹੈ ਉਹ ਤੁਹਾਨੂੰ ਮੌਲ ਦੇ ਵਿੱਚੋਂ ਪੂੰਜੀਪਤੀਆਂ ਦੀਆਂ ਵੱਡੀਆਂ-ਵੱਡੀਆਂ ਸ਼ੋਰੂਮਾਂ ਦੇ ਵਿੱਚੋਂ 100 ਰੁਪਏ ਦੀ 150 ਰੁਪਏ ਦੀ ਬਹੁਤ ਜ਼ਿਆਦਾ ਉੱਚੀਆਂ ਕੀਮਤਾਂ ਤੇ ਮਿਲਦੀ ਹੈ ਸੋ ਇਹਨਾਂ ਤਿੰਨਾਂ ਕਾਨੂੰਨਾਂ ਦਾ ਜਿਹੜਾ ਸਿੱਧਾ-ਸਿੱਧਾ ਪ੍ਰਭਾਵ ਹੈ ਉਹ ਉਹਨਾਂ ਛੋਟੇ ਦੁਕਾਨਦਾਰਾਂ ਦੇ ਉੱਤੇ ਜਿਹੜੇ ਫੜੀ ਲਾ ਕੇ ਸਬਜ਼ੀ ਵੇਚ ਲੈਂਦੇ ਨੇ ਰੇੜੀਆਂ ਲਾ ਕੇ ਸਬਜ਼ੀ ਵੇਚ ਲੈਂਦੇ ਨੇ ਕੱਪੜੇ ਵੇਚ ਲੈਂਦੇ ਨੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਵੇਚ ਲੈਂਦੇ ਨੇ ਤੇ ਇੱਕ ਆਮ ਦਿਹਾੜੀਦਾਰ ਮਨੁੱਖ ਉਹਨਾਂ ਤੋਂ ਖਰੀਦ ਕੇ ਤੇ ਆਪਣਾ ਜਿਹੜਾ ਗੁਜ਼ਾਰਾ ਹੈ ਉਹ ਕਰ ਲੈਂਦਾ ਹੈ ਤੁਸੀਂ ਦੇਖੋ ਅੱਜ ਇਹਨਾਂ ਪੂੰਜੀਪਤੀਆਂ ਨੇ ਜਿਸ ਜਿਸ ਚੀਜ਼ ਨੂੰ ਵੀ ਹੱਥ ਪਾਇਆ ਉਸ ਦੀਆਂ ਕੀਮਤਾਂ ਆਮ ਮਨੁੱਖ ਦੀ ਪਹੁੰਚ ਤੋਂ ਦੂਰ ਹੋ ਗਈਆਂ ਨੇ ਸੋ ਮੈਂ ਸਮਝਦਾ ਹਾਂ ਵੀ ਇਹ ਜੋ 5 ਮਹੀਨੇ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਪੂਰੇ ਵਿਸ਼ਵ ਦੇ ਵਿੱਚ ਅੱਜ ਸਾਰੀਆਂ ਦੇਸ਼ਾਂ ਦੀਆਂ ਸਰਕਾਰਾਂ ਇਹਦੇ ਤੇ ਨਿਗਾਹ ਰੱਖ ਰਹੀਆਂ ਨੇ ਤੇ ਹਰ ਇੱਕ ਸਰਕਾਰ ਨੇ ਚਾਹੇ ਅਮਰੀਕਾ ਤੋਂ ਕੈਨੇਡਾ ਤੋਂ ਯੂਰਪ ਤੋਂ ਇੰਗਲੈਂਡ ਤੋਂ ਸਾਰਿਆਂ ਨੇ ਇਸ ਭਾਰਤ ਦੀ ਹਕੂਮਤ ਨੂੰ ਲਾਣ ਤਾਂ ਹੀ ਪਾਈਆਂ ਨੇ ਵੀ ਤੇਰਾ ਕਿਸਾਨ ਸੜਕਾਂ ਤੇ ਬੈਠਾ ਹੋਇਆ ਹੈ ਮਜ਼ਦੂਰ ਸੜਕਾਂ ਤੇ ਬੈਠਾ ਹੋਇਆ ਤੇ ਇਹਨੇ ਕਿਸਾਨ 300 ਤੋਂ ਵੱਧ ਜਿਹੜੇ ਕਿਸਾਨ ਨੇ ਉਹਨਾਂ ਦੀ ਜਾਨ ਇਸ ਕਿਸਾਨ ਅੰਦੋਲਨ ਦੇ ਵਿੱਚ ਲੱਗ ਚੁੱਕੀ ਹੈ ਸਾਡੇ ਛੋਟੇ-ਛੋਟੇ ਨੌਜਵਾਨ ਵੀਰ ਬਜ਼ੁਰਗ ਇਸ ਕਿਸਾਨ ਅੰਦੋਲਨ ਦੀ ਪੇਟ ਚੜ ਰਹੇ ਨੇ ਪਰ ਤਾਨਾਸ਼ਾ ਬਣੀ ਹੋਈ ਜਿਹੜੀ ਹਕੂਮਤ ਹੈ ਉਹ ਪੂੰਜੀਪਤੀਆਂ ਦੇ ਹੱਥਾਂ ਦਾ ਖਡਾਉਣਾ ਬਣੀ ਹੋਈ ਹੈ ਸੋ ਮੈਂ ਸਮਝਦਾ ਹਾਂ ਵੀ ਅੱਜ ਜਿਵੇਂ ਇਹ ਨੌਜਵਾਨ ਬੜੀ ਦੂਰੋਂ ਚੱਲ ਕੇ ਆਇਆ ਤੇ ਤੁਸੀਂ ਇਹਦੀ ਹਾਲਾਤ ਦੇਖੇ ਨੇ ਇਹਦੇ ਹਾਲਾਤ ਜੇ ਦੇਖੀਏ ਤੇ ਸ਼ਾਇਦ ਇਸ ਦੇ ਕੋਲ ਪਹਿਨਣ ਦੇ ਵਾਸਤੇ ਚੰਗਾ ਕੱਪੜਾ ਵੀ ਨਹੀਂ ਹੈ ਇਹਦੇ ਕੋਲ ਖਰਚਣ ਦੇ ਵਾਸਤੇ ਜ਼ਰੂਰਤ ਦਾ ਪੈਸਾ ਵੀ ਨਹੀਂ ਹੈ ਲੇਕਿਨ ਉਹਦੀ ਜ਼ਮੀਰ ਬਹੁਤ ਅਮੀਰ ਹੈ ਉਦੀ ਜ਼ਮੀਰ ਉਹਨੂੰ ਇਸ ਸਟੇਜ ਤੇ ਲੈ ਕੇ ਆਈ ਹੈ ਇਹਨਾਂ ਦੁਖੀ ਹੋਣ ਦੇ ਬਾਵਜੂਦ ਵੀ ਤੇ ਜਿਹੜੇ ਸਾਡੇ ਘਰਾਂ ਦੇ ਵਿੱਚ ਬਿਠੇ ਹੋਏ ਸਾਡੇ ਲੋਕ ਹਨ ਚਾਹੇ ਉਹ ਕਿਸਾਨ ਹੋਵੇ ਛੋਟਾ ਜ਼ਿਮੀਂਦਾਰ ਹੋਵੇ ਮਜ਼ਦੂਰ ਹੋਵੇ ਜਾਂ ਦੁਕਾਨਦਾਰ ਹੋਵੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਆਪੋ ਆਪਣਾ ਹਿੱਸਾ ਇਸ ਕਿਸਾਨ ਅੰਦੋਲਨ ਦੇ ਵਿੱਚ ਪਾਓ ਇਹ ਸਿਰਫ ਕਿਸਾਨ ਅੰਦੋਲਨ ਨਹੀਂ ਹੈ ਇਹ ਜਨ ਅੰਦੋਲਨ ਹੈ ਇਸ ਪੂੰਜੀਪਤੀ ਇਸ ਤਾਨਾਸ਼ਾਹੀ ਦੇ ਖਿਲਾਫ ਇਹ ਸਮਾਜਵਾਦ ਦਾ ਅੰਦੋਲਨ ਹੈ ਸੋ ਜੋ ਨਵਾਂ ਇਤਿਹਾਸ ਸਿਰਜ ਕੇ ਜਾਏਗਾ ਇੱਥੇ ਮੈਂ ਆਪਣੇ ਸ਼ਬਦਾਂ ਨੂੰ ਸੰਕੋਚਦਾ ਹੋਇਆ ਆਪ ਜੀ ਨੂੰ ਇੱਕ ਵਾਰੀ ਫੇਰ ਜੋ ਸਾਡੇ ਵਿੱਚ ਸਤਿਕਾਰਯੋਗ ਪੈਣ ਅਨੁਰਾਧਾ ਪਾਰਗਵ ਜੀ ਪਹੁੰਚੇ ਹਨ ਜੋ ਇੱਕ ਹਿੰਦੂ ਪਰਿਵਾਰ ਚੋਂ ਹੁੰਦੇ ਹੋਏ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਣ ਦਾ ਜੋ ਇੱਕ ਮੋਹਮ ਛੇੜੀ ਹੋਈ ਹੈ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਆਪ ਸਾਰਿਆਂ ਨੂੰ ਵੀ ਅਪੀਲ ਕਰਦੇ ਆ ਕਿ ਇਸੇ ਤਰ੍ਹਾਂ ਇਕਜੁੱਟ ਹੋ ਕੇ ਇੱਕ ਮੁੱਠ ਹੋ ਕਰਕੇ ਪੂੰਜੀਪਤੀ ਅਤੇ ਤਾਨਾਸ਼ਾਹੀ ਦੇ ਖਿਲਾਫ ਅਸੀਂ ਇਸ ਜੰਗ ਨੂੰ ਲੜਨਾ ਵੀ ਹੈ ਅਤੇ ਜਿੱਤਣਾ ਵੀ ਹੈ ਇਥੇ ਹੀ ਸ਼ਬਦਾਂ ਨੂੰ ਸੰਕੋਚਦਾ ਹੋਇਆ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ